ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਪੰਥ ਵਿੱਚ ਕੁਝ ਨਾਸਤਿਕ ਬੱਤੀ ਦੇ ਬੰਦੇ ਜਿਹੜੇ ਨਿਹਾਇਤ ਸਿਰੇ ਦੇ, ਕਹਿ ਲਈਏ ਵੀ ਰਾਮ ਰਈਆਂ ਨਾਲੋਂ ਵੀ ਗਏ ਗੁਜਰੇ ਬੰਦੇ ਆ। ਸਿੱਖੀ ਵਿੱਚੋਂ ਹਰ ਇੱਕ ਗੱਲ ਉਹ ਮਨਫੀ ਕਰਦੇ ਆ, ਸਾਰਾ ਕੁਝ ਖੰਡਨ ਕਰਦੇ, ਅਤੇ ਇੱਥੋਂ ਤੱਕ ਕਿ ਹੁਣ ਦਰਬਾਰ ਸਾਹਿਬ ਉੱਤੇ ਵੀ ਇਹ ਬੰਦੇ ਸ਼ਬਦੀ ਤੌਰ 'ਤੇ ਇਹ ਅਟੈਕ ਕਰ ਰਹੇ ਆ। ਇਹਨਾਂ ਦੀ ਗੰਦੀ ਮਾਨਸਿਕਤਾ ਦੇਖੋ ਕਿੱਥੇ ਕੁ ਜਾ ਕੇ ਖੜ ਗਈ ਹੈ। ਇਹ ਗੰਦੀ ਨਾਲੀ ਦੇ ਕੀੜਿਆਂ ਤੋਂ ਵੀ ਮੈਂ ਕਹਿੰਦਾ ਬੱਤਰੇ ਬੰਦੇ ਆ, ਇੱਦਾਂ ਦੀ ਇਹਨਾਂ ਦੀ ਸੋਚ ਆ। ਠੀਕ ਹੈ ਜੀ, ਹੁਣ ਹੈਰਾਨਗੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਇਹ ਬੰਦੇ ਦਾਅਵਾ ਕਰਦੇ ਆ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਦੇ ਨਾਲ ਚੱਲਣ ਦਾ, ਠੀਕ ਹੈ, ਅਤੇ ਉਲਟਾ ਦਰਬਾਰ ਸਾਹਿਬ ਨੂੰ ਇਹ ਦੱਸਦੇ ਆ ਕਿ ਉੱਥੇ ਜੀ ਆਮ ਬਿਲਡਿੰਗ ਹੈ, ਉੱਥੇ ਜਾਣ ਦਾ ਕੋਈ ਫਾਇਦਾ ਨਹੀਂ। ਅਤੇ ਇੱਥੋਂ ਤੱਕ ਇਹ ਵੀ ਕਹਿ ਤਾ ਇਹਨਾਂ ਨੇ, ਕਹਿੰਦੇ ਵੀ ਜਿਹੜੀ ਦਰਬਾਰ ਸਾਹਿਬ ਨਾਮ ਦੀ ਮੜੀ ਹੈ, ਕਹਿੰਦੇ ਵੀ ਉਹ ਸਿੱਖਾਂ ਨੂੰ ਆਪਣੇ ਮਨਾਂ ਵਿੱਚੋਂ ਢਾਉਣੀ ਪੈਣੀ ਹੈ। ਹੱਦ ਹੁੰਦੀ ਹੈ ਯਾਰ, ਇੱਕ ਧੇਲੇ ਦਾ ਬੰਦਾ, ਦੁੱਖ 'ਤੇ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਨੂੰ ਕਹਿੰਦਾ ਵੀ ਮੜੀ, ਉਹ ਮੜੀ ਸਿੱਖਾਂ ਨੂੰ ਆਪਣੇ ਦਿਮਾਗ 'ਚੋਂ ਢਾਉਣੀ ਪੈਣੀ ਆ, ਹੈ ਨਾ। ਇਹਨਾਂ ਦੀ ਦੋਗਲਾ ਕਿਰਦਾਰ ਦੇਖੋ ਕਿਹੋ ਜਿਹਾ, ਕਿੱਦਾਂ ਇਹ ਸਿੱਖੀ ਦਾ ਘਾਣ ਕਰਨ 'ਤੇ ਤੁਲੇ ਹੋਏ। ਲੇਕਿਨ ਚਲੋ, ਸਿੱਖੀ ਨੂੰ ਕੋਈ ਪਰਵਾਹ ਨਹੀਂ ਹੈ ਇਸ ਚੀਜ਼ ਦੀ। ਇਹੋ ਜਿਹੇ ਮਸੰਦ ਬਹੁਤ ਆਏ, ਪਹਿਲਾਂ ਬਹੁਤ ਚਲੇ ਗਏ, ਜਵਾਬ ਪਹਿਲਾਂ ਵੀ ਦਿੱਤੇ ਆ ਅਤੇ ਹੁਣ ਵੀ ਦਿੰਦੇ ਆ ਰਹੇ ਹਨ। ਹੁਣ ਇਹ ਕਹਿੰਦਾ ਵੀ ਦਰਬਾਰ ਸਾਹਿਬ ਨਾਮ ਦੀ ਮੜੀ ਹੈ ਜਿਹੜੀ, ਉਹ ਸਿੱਖਾਂ ਨੇ ਮਨਾਂ 'ਚੋਂ ਢਾਉਣੀ ਪੈਣੀ ਹੈ। ਗੁਰਬਾਣੀ ਦੇ ਵਿੱਚ ਆਉਂਦਾ ਹੈ, ਠੀਕ ਹੈ ਵੀ, ਜਿੱਥੇ ਜਾਏ ਵਹਿ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਕਹਿੰਦੇ ਵੀ ਜਿੱਥੇ ਮੇਰਾ ਸਤਿਗੁਰ ਜਾ ਕੇ ਬੈਠ ਜਾਵੇ, ਜਿਹੜਾ ਥਾਨ ਹੈ ਮਤਲਬ ਵਧੀਆ, ਹੈ ਨਾ, ਵੀ ਉਹ ਕਿੰਨਾ ਕੁ ਪੂਜਨੀਕ ਸਥਾਨ ਹੈ ਉਹ, ਜਿੱਥੇ ਮੇਰਾ ਸਤਿਗੁਰ ਬੈਠਦਾ ਹੈ। ਹੁਣ ਉੱਥੇ ਕੀ ਹੈ ਦਰਬਾਰ ਸਾਹਿਬ ਦੇ ਵਿੱਚ? ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ, ਠੀਕ ਹੈ, ਉੱਥੇ ਸਾਡਾ ਸਤਿਗੁਰ ਬੈਠਾ ਉੱਥੇ, ਠੀਕ ਹੈ ਜੀ। ਦੁਨੀਆਂ ਦੇ ਰਾਜੇ ਮਹਾਰਾਜੇ ਉੱਥੇ ਆ ਕੇ ਸਿਰ ਝੁਕਾਉਂਦੇ, ਠੀਕ ਹੈ ਜੀ। ਸੋ ਇੱਕ ਪਾਸੇ ਕਹਿ ਰਹੇ ਅਸੀਂ ਗੁਰਬਾਣੀ ਦੇ ਮੁਤਾਬਕ ਚੱਲਦੇ, ਦੂਜੇ ਪਾਸੇ ਗੁਰਬਾਣੀ ਨੂੰ ਝੁਟਲਾ ਵੀ ਰਹੇ ਹਾਂ ਇਹ ਬੰਦੇ ਇਹ ਕਹਿ ਕੇ। ਹੈਰਾਨਗੀ ਹੁੰਦੀ ਹੈ ਕਿ ਗੁਰੂ ਪਾਤਸ਼ਾਹ ਨੇ ਉਹਦੀ ਨੀਂਹ ਰਖਵਾਈ ਸਾਈ ਮੀਆਂ ਮੀਰ ਜੀ ਤੋਂ, ਹਰਿਮੰਦਰ ਸਾਹਿਬ ਦੀ, ਠੀਕ ਹੈ। ਫਿਰ ਤਾਂ ਉਹ ਸਾਡੇ ਗੁਰੂ ਮੂਰਖ ਸੀ ਕਿ ਤੁਸੀਂ ਕੱਲ੍ਹ ਜੰਮੇ ਦੁੱਖ 'ਤੇ ਇੱਕ ਬੰਦੇ, ਗੰਦੀ ਨਾਲੀ ਦੇ ਕੀੜੇ, ਕਹਿੰਦੇ ਉਹ ਮੜੀ ਹੈ ਵੀ ਸਾਨੂੰ ਦਿਮਾਗ 'ਚ ਢਾਉਣੀ ਪਊ। ਗੁਰੂ ਸਾਹਿਬ ਨੇ ਨੀਂਹ ਰਖਾਈ ਸਾਈ ਮੀਆਂ ਮੀਰ ਜੀ ਤੋਂ, ਠੀਕ ਹੈ, ਅਤੇ ਆਪ ਹੱਥੀਂ ਉੱਥੇ ਸੇਵਾ ਕਰੀ ਅਤੇ ਕਰਵਾਈ, ਠੀਕ ਹੈ ਜੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਸੋਨੇ ਦੇ ਪੱਤਰੇ ਚੜ੍ਹਾਏ। ਕਿੱਡੀ ਵੱਡੀ ਯਾਰ ਮਤਲਬ ਸੇਵਾ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ, ਸਾਡੇ ਗੁਰੂਆਂ ਨੇ, ਪਾਤਸ਼ਾਹੀਆਂ ਨੇ ਉੱਥੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸ਼੍ਰੀ ਹਰਗੋਬਿੰਦ ਪਾਤਸ਼ਾਹ ਨੇ, ਠੀਕ ਹੈ। ਸਾਡੇ ਰਾਜਨੀਤਿਕ ਫੈਸਲੇ ਉੱਥੋਂ ਲਏ ਜਾਂਦੇ ਆ, ਉੱਥੇ ਵੱਡੇ ਵੱਡੇ ਜਰਨੈਲ ਕਹਿ ਲਈਏ ਰਾਜੇ ਵੀ ਉੱਥੇ ਝੁਕੇ ਆ ਕੇ, ਮਹਾਰਾਜਾ ਰਣਜੀਤ ਸਿੰਘ ਵਰਗੇ ਉੱਥੇ ਝੁਕੇ ਆ, ਉੱਥੇ ਪੇਸ਼ ਹੋਏ ਆ, ਠੀਕ ਹੈ ਜੀ। ਸੋ ਇਹ ਬੰਦੇ ਕੌਣ ਹੁੰਦੇ ਆ ਉਸ ਚੀਜ਼ ਨੂੰ ਮੜੀ ਦੱਸਣ ਵਾਲੇ? ਦੇਣ ਜਵਾਬ ਇਹ ਬੰਦੇ ਹੈ। ਮਸਲਾ ਕੀ ਆ ਕਿ ਇੱਕ ਸਿਰਫ ਈਰਖਾ ਸਿੱਖਾਂ ਪ੍ਰਤੀ, ਈਰਖਾ ਹੀ ਆ, ਹੋਰ ਕੀ ਆ, ਕਿ ਸਿੱਖਾਂ ਦੀ ਚੜ੍ਹਦੀ ਕਲਾ ਕਿਉਂ ਆ ਕਿ ਸਾਨੂੰ ਕਿਉਂ ਨਹੀਂ ਕੋਈ ਪੁੱਛਦਾ? ਤੁਹਾਨੂੰ ਦੁੱਖ 'ਤੇ ਇੱਕ ਬੰਦਿਆਂ ਨੂੰ ਪੁੱਛ ਕੇ ਲੈਣਾ ਵੀ ਕੀ ਕਿਸੇ ਨੇ? ਤੁਹਾਡੇ ਕੰਮ ਛਿੱਤਰਾਂ ਵਾਲੇ ਆ, ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਨੇਕੀ ਵਰਗੇ ਨਿਊਜ਼ੀਲੈਂਡ 'ਚ ਬੈਠੇ ਜਿਹੜੇ ਭੌਂਕੀ ਜਾਂਦੇ ਕੁੱਤੇ ਵਾਂਗ, ਤੁਹਾਡੇ ਸਵੇਰ 'ਤੇ ਉੱਠ ਕੇ ਸ਼ਾਮ ਤੱਕ ਲੋਕ ਤੁਹਾਡੇ ਜੁੱਤੀਆਂ ਮਾਰਦੇ, 100 ਗਾਲ ਹੈ ਬੰਦਾ ਤੁਹਾਨੂੰ ਕੱਢਦਾ ਸਵੇਰ 'ਤੇ ਲੈ ਕੇ ਸ਼ਾਮ ਤੱਕ, ਤੁਹਾਡੀ ਔਕਾਤ ਕੀ ਹੈ? ਤੁਹਾਡੀ ਇਹੀ ਔਕਾਤ ਹੈ ਬਸ, ਠੀਕ ਆ। ਅਤੇ ਤੂੰ ਕਹਿੰਦਾ ਉਸ ਮੜੀ ਨੂੰ, ਪਹਿਲੀ ਗੱਲ ਤਾਂ ਇਹ ਜਿੱਥੇ ਸਾਡਾ ਸਤਿਗੁਰ ਬੈਠਦਾ ਉਸ ਚੀਜ਼ ਨੂੰ ਤੂੰ ਮੜੀ ਕਹਿ ਰਿਹਾ, ਵੀ ਤੇਰੇ ਅੰਦਰ ਕਿੰਨਾ ਕੁ ਗੰਦ ਭਰਿਆ ਵਾ ਹੋਊਗਾ, ਇਹ ਬੰਦੇ ਸਿੱਧਾ ਹਿਸਾਬ ਲਾ ਸਕਦੇ।
ਹੁਣ ਜਿਹੜੇ ਬੰਦੇ ਨੂੰ ਫੋਲੋ ਕਰਦੇ ਆ ਕਿ ਤੁਸੀਂ ਜਮਾਂ ਹੀ ਬੂਝਣ ਹੈ, ਸਿਰੇ ਦੇ ਬੂਝਣ ਹੈ ਤੁਸੀਂ, ਵਾਕਈ ਤੁਸੀਂ ਬੂਝਣ ਆ ਜਿਹੜੇ ਬੰਦੇ ਆ ਗੱਲ ਸੁਣ ਰਹੇ ਆ ਥੱਲੇ ਬੈਠ ਕੇ ਅਤੇ ਥੱਲੇ ਹਾ ਹਾ ਹੀ ਕਰ ਰਹੇ ਆ, ਤੁਹਾਡੇ ਤੋਂ ਵੱਡਾ ਗੁਰੂ ਦੁਖੀ ਕੌਣ ਹੋਊਗਾ ਦੱਸੋ? ਇੱਕ ਬੰਦਾ ਤੁਹਾਡੇ ਹਰਿਮੰਦਰ ਸਾਹਿਬ ਨੂੰ ਜਿੱਥੇ ਸਤਿਗੁਰਾਂ ਨੇ ਆਪ ਸੇਵਾ ਕਰੀ ਹੈ, ਉਹ ਉਸਾਰੀ ਕਰਵਾਈ ਹੈ ਉਹਦੀ, ਉਹਨੂੰ ਕਹਿੰਦਾ ਵੀ ਇਹ ਮੜੀ ਸਿੱਖਾਂ ਦੇ ਮਨਾਂ 'ਚੋਂ ਢਾਉਣੀ ਪਊਗੀ। ਕਮਾਲ ਹੋਈ ਪਈ ਹੈ ਯਾਰ। ਥਾਂ ਥਾਂ ਮਾਝ ਨੇ ਕਿਲੇ ਬਣਵਾਏ, ਠੀਕ ਹੈ, ਅਨੰਦਪੁਰ ਸਾਹਿਬ ਬਣਿਆ, ਸ਼ਹਿਰ ਵਸਾਏ, ਦੱਸੋ ਉਹ ਇਹਨਾਂ ਨੂੰ ਮੜੀਆਂ ਲੱਗਦੇ ਆ? ਅਤੇ ਆਪਣੇ ਪਰਮੇਸ਼ਰ ਦੁਆਰ ਬਣਾਈ ਬੈਠੇ ਆ ਉਹ, ਉੱਥੇ ਮੈਂ ਕਹਿੰਦਾ ਸਵੀਮਿੰਗ ਪੂਲ ਵੀ ਬਣਿਆ ਵਾ, ਠੀਕ ਆ, ਅਤੇ ਕਰੋੜਾਂ ਰੁਪਈਏ ਦੇ ਬਾਥਰੂਮ ਵੀ ਉੱਥੇ ਬਣੇ ਹੋਏ ਆ, ਸ਼ਾਂਤੀ ਕੁੰਜ ਵੀ ਉੱਥੇ ਬਣਿਆ ਹੋਇਆ, ਉਹ ਫਿਰ ਉਹ ਕੀ ਨੇ? ਅਸਲੀ ਤਾਂ ਉਹ ਹੈ ਮੜੀਆਂ ਜਿਹੜੀਆਂ ਆਪ ਡੇਰੇਦਾਰਾਂ ਨੇ ਬਣਾਈਆਂ ਹੋਈਆਂ, ਪੈਸੇ ਕਮਾਉਣ ਦੇ ਸਾਧਨ ਇਕੱਠੇ ਕਰੇ ਹੋਏ ਇਹਨਾਂ ਬੰਦਿਆਂ ਨੇ। ਕਹੇ ਤੁਸੀਂ ਹਰਿਮੰਦਰ ਸਾਹਿਬ ਨੂੰ ਰਹੇ ਵੀ ਮੜੀ ਹੈ ਸਿੱਖਾਂ ਦੇ ਮਨ 'ਚ ਢਾਉਣੀ ਪਊਗੀ। ਮੈਂ ਦੱਸ ਦੇਣਾ ਚਾਹੁੰਦਾ ਭਾਈ, ਉੱਥੇ ਇਕੱਲੇ ਸਿੱਖ ਨਹੀਂ ਆਉਂਦੇ, ਠੀਕ ਆ, ਉੱਥੇ ਹਰ ਇੱਕ ਮਜ਼ਹਬ ਦਾ ਬੰਦਾ ਆਉਂਦਾ ਹੈ, ਉਪਦੇਸ਼ ਚੌਂ ਵਰਣਾ ਕੋ ਸਾਂਝਾ, ਚਾਰ ਦਰਵਾਜ਼ੇ ਉੱਥੇ ਇਕੱਲੇ ਸਿੱਖਾਂ ਲਈ ਨਹੀਂ ਹੈਗੇ ਕਿ ਤੂੰ ਆਪਣੇ ਦਾਅਵੇਦਾਰੀ ਠੋਕਦਾ ਉੱਥੇ, ਠੀਕ ਆ ਨਾ। ਸੋ ਇਹੋ ਜਿਹੇ ਇਹ ਬੰਦੇ ਆ ਜਿਹੜੇ ਸਾਡੇ ਗੁਰਧਾਮਾਂ ਨੂੰ, ਗੁਰਧਾਮਾਂ ਪ੍ਰਤੀ ਕਿੰਨੀ ਕੁ ਗੰਦੀ ਸੋਚ ਏ ਚੱਕੀ ਫਿਰਦੇ ਬੰਦੇ, ਕਿ ਇਹ ਗੁਰੂ ਦੇ ਰਾਹ 'ਤੇ ਚੱਲਣ ਵਾਲੇ ਹੋ ਸਕਦੇ ਆ ਇਹ ਬੰਦੇ? ਆਪਣਾ ਦਿਮਾਗ ਖੋਪੜ ਮਾੜਾ ਜਿਹਾ ਖੋਲ੍ਹ ਕੇ ਸੋਚੋ ਵੀ ਜਿਹੜੇ ਗੁਰੂ ਘਰ ਨੂੰ ਆਪ ਹੱਥੀਂ ਤਿਆਰ ਕਰਵਾਇਆ ਮਹਾਰਾਜ ਨੇ, ਉੱਥੇ ਪ੍ਰਕਾਸ਼ ਕੀਤਾ, ਆਪ ਭੁੰਜੇ ਸੌਂਦੇ ਰਹੇ, ਮਹਾਰਾਜ ਦਾ ਪ੍ਰਕਾਸ਼ ਉੱਪਰ ਕਰਦੇ ਰਹੇ ਗੁਰੂ ਅਰਜਨ ਪਾਤਸ਼ਾਹ ਜੀ, ਉਹਨੂੰ ਕਹਿੰਦਾ ਇਹ ਮੜੀ ਹੈ। ਔਰ ਉੱਥੇ ਚੰਗੇ ਚੰਗੇ ਪਾਪੀ ਠਠੰਬਰ ਜਾਂਦੇ ਆ ਉੱਥੇ ਜਾ ਕੇ, ਉੱਥੇ ਜੋ ਸ਼ਾਂਤੀ ਮਿਲਦੀ ਹੈ, ਕਿਉਂਕਿ ਇਹਨਾਂ ਨੇ ਉਹ ਸ਼ਾਂਤੀ ਦੇਖੀ ਨਹੀਂ, ਇਹਨਾਂ ਦੇ ਕੰਮ ਇਹਨਾਂ ਦੇ ਮਤਲਬ ਵੀ ਕਰਮਾਂ 'ਚ ਹੈ ਨਹੀਂ ਉਹ ਚੀਜ਼, ਹੈ ਨਾ। ਉੱਥੇ ਹਰਿਮੰਦਰ ਸਾਹਿਬ ਜਾਂਦੇ ਆ, ਅੰਦਰ ਬੈਠ ਕੇ ਦੋ ਘੜੀ ਉੱਥੇ ਜਿਹੜਾ ਬੰਦਾ ਬੈਠਦਾ ਨਾ ਉਹਨੂੰ ਪਤਾ ਵੀ ਉੱਥੇ ਕੀ ਹੈ, ਕਿ ਮੜੀ ਹੈ ਜਾਂ ਜੰਨਤ ਹੈ, ਠੀਕ ਹੈ ਨਾ। ਸੋ ਇਹ ਜੇ ਦੁੱਖ ਦਿੱਖ ਘਟੀਆ ਬੰਦੇ ਜਿਹੜੇ ਮੈਂ ਕਹਿੰਦਾ ਨਿਹਾਇਤ ਸਿਰ ਇਹਦੇ ਗੰਦ ਬੰਦੇ ਹੀ ਯਾਰ, ਇਹਨਾਂ ਨੂੰ ਕੋਈ ਸਾਲਾ ਕੁੱਤਾ ਨਹੀਂ ਪੁੱਛਦਾ, ਕਹਿ ਲਈਏ। ਰੇਡੀਓ ਦੇ ਉੱਤੇ ਆ ਕੇ ਲੋਕ ਕਹਿੰਦੇ ਉਹ ਕੁੱਤੇ ਖਾਣੀ ਕਰਦੇ, ਤੁਸੀਂ ਗੱਲ ਛੱਡ ਦਿਓ। ਇਹ ਬੰਦੇ ਦੱਸਣਗੇ ਹੁਣ ਕਿ ਸਿੱਖਾਂ ਦੇ ਦਿਮਾਗ 'ਚੋਂ ਹਰਿਮੰਦਰ ਸਾਹਿਬ ਨੂੰ ਮੜੀ ਕਹਿ ਕੇ ਇਹ ਧੋਣ ਦੀਆਂ ਗੱਲਾਂ ਕਰਦਾ। ਤੁਸੀਂ ਹੈ ਕੌਣ ਯਾਰ ਦੱਸ, ਪੰਥ 'ਚੋਂ ਛੇਕੇ ਹੋਏ ਬੰਦੇ ਆ ਤੁਸੀਂ, ਕੁੱਤਾ ਤੁਹਾਨੂੰ ਕੋਈ ਪੁੱਛਦਾ ਨਹੀਂ, ਹਰਿਮੰਦਰ ਸਾਹਿਬ ਦੇ ਦਰਸ਼ਨ ਤੱਕ ਤੁਸੀਂ ਨਹੀਂ ਕਰ ਸਕਦੇ। ਕਮਾਲ ਹੋਈ ਪਈ। ਸੋ ਸ਼ਰਮ ਕਰੋ ਮਾੜੀ ਮੋਟੀ, ਸ਼ਰਮ ਕਰੋ, ਠੀਕ ਹੈ। ਹਰਿਮੰਦਰ ਸਾਹਿਬ ਤਾਂ ਬਦਾਲੀ ਦੇ ਟਾਈਮ ਨਹੀਂ ਕੋਈ ਵਿਗੜਿਆ ਇਹਦਾ, ਨਾ ਹੁਣ ਵਿਗੜਨਾ, ਤੁਸੀਂ ਫਿਕਰ ਨਾ ਕਰੋ ਇਸ ਚੀਜ਼ ਦੀ। ਉੱਥੇ ਦੁਨੀਆਂ ਦੇ ਰਾਜੇ ਮਹਾਰਾਜੇ ਸਿਰ ਝੁਕਾਉਂਦੇ ਸੀ, ਉੱਥੇ ਝੁਕਾਉਂਦੇ ਹੀ ਰਹਿਣਾ, ਸੰਗਤ ਦੁੱਗਣੀ ਉੱਥੇ ਆਉਣੀ ਹੈ। ਗੁਰੂ ਘਰ ਦੀਆਂ ਖੁਸ਼ੀਆਂ ਪਹਿਲਾਂ ਵੀ ਪ੍ਰਾਪਤ ਕਰਦੇ ਸੀ ਲੋਕ, ਅਤੇ ਅੱਜ ਵੀ ਕਰਦੇ ਅਤੇ ਕਰਦੇ ਰਹਿਣਾ। ਤੁਹਾਡੇ ਵਰਗੇ, ਤੁਹਾਡੇ ਵਰਗੀ ਕਤੀੜ ਹੈ ਨਾ ਜਿਹੜੀ, ਉਹ ਬਹੁਤ ਚਿਰ ਪਹਿਲਾਂ ਦੀ ਭੌਂਕਦੀ ਆ, ਉਹਨਾਂ ਦਾ ਕੰਮ ਹੈ ਭੌਂਕਣਾ ਹੈ, ਭੌਂਕ ਹੀ ਸਕਦੀ ਆ ਉੱਥੇ ਬੈਠੀ, ਬਸ ਹੋਰ ਕੁਝ ਨਹੀਂ ਕਰ ਸਕਦੀ, ਠੀਕ ਆ। ਸੋ ਇੰਨੀ ਕੁ ਔਕਾਤ ਹੈ ਤੁਹਾਡੀ। ਸੋ ਸੰਗਤ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਕੁੱਤਿਆਂ ਤੋਂ ਮਾੜਾ ਸੁਚੇਤ ਰਹੋ, ਇਹ ਬੰਦੇ ਤੁਹਾਡੇ ਹੀ ਗੁਰਧਾਮਾਂ ਉੱਤੇ ਭੌਂਕ ਰਹੇ ਹੈ, ਸ਼ਰਮ ਕਰੋ ਮਾੜੀ ਮੋਟੀ। ਸੋ ਇੰਨੀਆਂ ਕੁ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।